ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਅਤੇ ਲੋਕਾਂ ਵੱਲੋਂ ਵੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਤਹਿਤ ਪਿੰਡ ਹਰਿਆਓ ਖੁਰਦ ਤੋਂ ਸਰਪੰਚ ਦੇ ਉਮੀਦਵਾਰ ਗੱਜਣ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲਣ ਅਤੇ ਇੱਕ ਇੱਕ ਵੋਟ ਪਾਉਣ ਦਾ ਵਿਸ਼ਵਾਸ ਦਵਾਇਆ। ਇਸ ਚੋਣ ਮੁਹਿੰਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨਿਰਮਲ ਸਿੰਘ ਹਰਿਆਓ ਨੇ ਵੀ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਗੱਜਣ ਸਿੰਘ ਦੇ ਸਰਪੰਚ ਬਣਨ ਤੋਂ ਬਾਅਦ ਪਿੰਡ ਦੇ ਅਧੂਰੇ ਪਏ ਕੰਮ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਅਤੇ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਦਾ ਵਿਸ਼ਵਾਸ ਵੀ ਦਵਾਇਆ ਗਿਆ। ਗੱਜਣ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਗੇ ਅਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਸਮਰਥਕਾਂ ਵੱਲੋਂ ਵੀ ਗੱਜਣ ਸਿੰਘ ਨੂੰ ਇੱਕ ਇੱਕ ਵੋਟ ਪਾਉਣ ਦਾ ਵਾਅਦਾ ਕੀਤਾ ਗਿਆ। ਅੱਜ ਇੱਥੇ ਸਮੁੱਚੇ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਦਾ ਬਿਗਲ ਵੱਜ ਚੁੱਕਾ ਹੈ। ਬੜਾ ਸਾਰੇ ਥਾਈਂ ਜਿਹੜਾ ਮਾਹੌਲ ਹੈ ਪੂਰਾ ਗਰਮ ਹੈ। ਦਿਨ ਥੋੜ੍ਹੇ ਬਾਕੀ ਰਹਿ ਗਏ ਵੋਟਾਂ ਦੇ ਵਿੱਚ। ਅੱਜ ਇੱਥੇ ਹਰਿਆਓ ਖੁਰਦ ਦੇ ਵਿੱਚ ਤੁਸੀਂ ਪ੍ਰੈਸ ਵਾਲੇ ਵੀਰ ਅੱਜ ਦਾ ਇਸ ਪਿੰਡ ਦਾ ਸਰਵੇਖਣ ਕਰਨ ਵਾਸਤੇ ਆਏ ਹੋ। ਅਸੀਂ ਇਸ ਨਗਰ ਦੇ ਬਹੁਤ ਹੀ ਕਾਬਲ ਸੂਝਵਾਨ ਪੜ੍ਹੇ ਲਿਖੇ ਸਰ ਗੱਜਣ ਸਿੰਘ ਨੂੰ ਸਮੁੱਚੇ ਨਗਰ ਨੇ ਸਾਰੀਆਂ ਬਰਾਦਰੀਆਂ ਨੇ ਇਕੱਠੇ ਹੋ ਕੇ ਸਰਪੰਚੀ ਦੀ ਚੋਣ ਵਾਸਤੇ ਮੈਦਾਨ ਵਿੱਚ ਉਤਾਰਿਆ। ਅੱਜ ਮੈਂ ਗੱਲ ਕਹਿ ਸਕਦਾ ਕਿ ਜਿਸ ਤਰੀਕੇ ਨਗਰ ਹਰਿਆਓ ਖੁਰਦ ਦਾ ਮਾਹੌਲ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰਾ ਸਾਡਾ ਜਿੰਨੇ ਵੀ ਦਲਿਤ ਵੀਰ ਨੇ ਸਾਰੇ ਮਜ਼ਦੂਰ ਏਕਤਾ ਇਹਨਾਂ ਨੇ ਇਕੱਠੇ ਹੋ ਕੇ ਜਿੰਦਾਬਾਦ ਦਾ ਨਾਰਾ ਲਾਇਆ। ਸਾਰੇ ਗੱਜਣ ਸਿੰਘ ਦੀ ਅੱਜ ਸਪੋਰਟ ਦੇ ਵਿੱਚ ਖੜ੍ਹੇ ਨੇ। ਜਿੰਨੇ ਵੀ ਸਾਰੇ ਇਹਨਾਂ ਬਰਾਦਰੀਆਂ ਦੇ ਸਾਰੇ ਕਾਬਲ ਆਗੂ ਨੇ ਜਿਹੜੇ ਇਸ ਪਿੰਡ ਦੀ ਅਗਵਾਈ ਕਰਦੇ ਨੇ ਉਹ ਸਾਰੇ ਗੱਜਣ ਸਿੰਘ ਦੀ ਸਪੋਰਟ ਦੇ ਵਿੱਚ ਨੇ। ਗੱਜਣ ਸਿੰਘ ਬਹੁਤ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਗਰ ਦਾ ਕਾਬਲ ਸਰਪੰਚ ਬਣੂਗਾ ਔਰ ਇਸ ਪਿੰਡ ਦੇ ਪ੍ਰਤੀ ਇਸ ਪਿੰਡ ਦੀ ਭਲਾਈ ਵਾਸਤੇ ਜੋ ਫੈਸਲੇ ਲਊਗਾ ਸਾਨੂੰ ਇਸ ਤੋਂ ਬਹੁਤ ਵੱਡੀਆਂ ਉਮੀਦਾਂ ਨੇ। ਪਰ ਇਹਦੇ ਵਿੱਚ ਕੋਈ ਅਕਥਕਥਨੀ ਨਹੀਂ ਕਿ ਸਰ ਗੱਜਣ ਸਿੰਘ ਨੂੰ ਨਗਰ ਨੇ ਸਰਪੰਚ ਸਮਝੋ ਬਣਾ ਦਿੱਤਾ ਹੈ ਔਰ ਗੱਜਣ ਸਿੰਘ ਦੀ ਜਿਹੜੀ ਸਾਰੀ ਟੀਮ ਹੈ ਜਿੰਨੇ ਸਾਰੇ ਸਾਡੇ ਮੈਂਬਰ ਖੜ੍ਹੇ ਨੇ ਉਹ ਵੀ ਸਾਰੇ ਬਹੁਤ ਪਿੰਡ ਨੇ ਸਾਰੇ ਨੇ ਏਕਤਾ ਕਰਕੇ ਬਣਾਏ ਨੇ ਔਰ ਉਹ ਸਾਰੀ ਟੀਮ ਜਿਹੜੀ ਹੈ ਕਾਬਲ 30 ਤਰੀਕ ਨੂੰ ਚੁਣ ਕੇ ਜਿਹੜੀ ਹੈ ਉਸ ਪਿੰਡ ਦੀ ਆਉਣ ਵਾਲੇ ਸਮੇਂ ਦੇ ਵਿੱਚ ਅਗਵਾਈ ਕਰੇਗੀ ਔਰ ਉਸ ਪਿੰਡ ਦੀ ਭਲਾਈ ਵਾਸਤੇ ਜੋ ਸਾਡੇ ਗਰੀਬ ਪਰਿਵਾਰ ਨੇ ਜਿਨ੍ਹਾਂ ਕੋਲ ਰਹਿਣ ਨੂੰ ਜਗ੍ਹਾ ਬੜੀ ਘੱਟ ਹੈ ਉਹਨਾਂ ਨੂੰ ਪਲਾਟ ਦੇਣੇ ਨੇ ਜੋ ਪਿੰਡ ਵਿੱਚ ਬਣਦਾ ਉਹਨਾਂ ਦਾ ਹਿੱਸਾ ਬਣਤਣ ਉਹਨਾਂ ਨੂੰ ਉਹ ਜ਼ਮੀਨ ਦਾ ਹਿੱਸਾ ਵੀ ਜਿਹੜਾ ਮਿਲਣਾ ਉਹ ਸਾਰੇ ਜਿਸ ਤਰੀਕੇ ਚਾਹੁਣਗੇ। ਹੋਰ ਪਿੰਡ ਦੀਆਂ ਜੋ ਭਲਾਈ ਦੀਆਂ ਸਕੀਮਾਂ ਨੇ ਜੋ ਖੇਡਾਂ ਦੇ ਗਰਾਊਂਡ ਨੇ ਜਾਂ ਸਕੂਲ ਅਪਗ੍ਰੇਡ ਕਰਨ ਵਾਲੇ ਨੇ ਜਾਂ ਕੋਈ ਹਸਪਤਾਲ ਦੀ ਪਿੰਡ ਦੇ ਵਿੱਚ ਜਿਹੜੀ ਘਾਟ ਹੈ ਉਹ ਸਾਰੀ ਨੂੰ ਪੂਰਾ ਕਰਨ ਦਾ ਯਤਨ ਕਰਨਗੇ। ਸਰਕਾਰ ਤੋਂ ਸਮੇਂ ਸਮੇਂ ਸਿਰ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਇਸ ਨਗਰ ਵਾਸਤੇ ਲਿਆਉਣ ਦਾ ਸਾਰੇ ਅਸੀਂ ਰਲ ਕੇ ਯਤਨ ਕਰਾਂਗੇ। ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਲੋਕਾਂ ਨੇ ਮੇਰੇ 'ਤੇ ਜੋ ਵਿਸ਼ਵਾਸ ਰੱਖੇ ਨੇ ਮੈਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਲ ਬਖਸ਼ੇ ਕਿ ਮੈਂ 30 ਤਰੀਕ ਨੂੰ ਜਿੱਤ ਕੇ ਇਹਨਾਂ ਦੇ ਜਿਹੜੇ ਅਧੂਰੇ ਕਾਰਜ ਨੇ ਸਾਰੇ ਦੱਸ ਚੁੱਕਿਆ ਸੀ। ਬਹੁਤ ਕੰਮ ਨੇ ਗਰਾਊਂਡ ਪਲਾਟ ਸਾਰੇ ਕੰਮ ਕਰਨ ਦੇ ਪਰਮਾਤਮਾ ਮੈਨੂੰ ਬਲ ਬਖਸ਼ੇ ਅਤੇ ਇਹਨਾਂ ਦਾ ਵਿਸ਼ਵਾਸ ਮੇਰੇ 'ਤੇ ਬਣਿਆ ਰਹੇ। ਮੈਂ ਇਹੀ ਪ੍ਰਾਰਥਨਾ ਕਰਦਾ ਜੀ ਪਰਮਾਤਮਾ ਕਿ ਮੈਂ ਹਰੇਕ ਕੰਮ ਵੱਧ ਚੜ੍ਹ ਕੇ ਕਰੂੰਗਾ ਇਹਨਾਂ ਦੀ ਭਲਾਈ ਵਾਸਤੇ। ਅਤੇ ਅਸੀਂ ਗੱਜਣ ਵਾਸਤੇ ਦਵਾਨੇ ਕਿ ਸਾਡੇ ਵਾਸਤੇ ਬਹੁਤ ਸੱਚੇ ਇਨਸਾਨ ਨੇ ਕਿ ਅਸੀਂ ਆਪ ਸਾਰੇ ਪਿੰਡ ਨੇ ਇਹਨੂੰ ਖਿਲਾਰਿਆ ਕਿ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਇਹਨੇ ਪੂਰੀਆਂ ਕਰਨੀਆਂ ਹੋਰ ਕਿਸੇ ਨਹੀਂ ਕਰਨੀਆਂ ਕਿ ਸਾਨੂੰ ਜਿਹੜੀ ਕਿਉਂਕਿ ਗੁਲਾਬ ਸਿੰਘ ਕਹਿੰਦੇ ਨੇ ਕਿ ਮੈਂ ਟਾਰਚ ਲਿਆ ਹੈ ਚੋਣ ਨਿਸ਼ਾਨ ਕਿ ਮੈਂ ਪਿੰਡ ਦਾ ਹਨੇਰਾ ਚਾਨਣ ਕਰਨਾ ਚਾਹੁੰਦਾ ਹੈ। ਪਾਰਲੀ ਪਹਿਲੀ ਛੱਡ ਤੇ ਚਾਨਣ ਆਪੇ ਹੋ ਜੂ ਸਾਡੇ ਪਿੰਡ 'ਚ। ਪਹਿਲਾਂ ਸਰਪੰਚ ਲੈ ਕੇ ਮੌਜੂਦਾ ਆਪਣਾ ਜਿਹੜਾ ਸਰਪੰਚ ਕਿੰਨਾ ਕੁ ਵਿਕਾਸ ਦਾ ਕੰਮ ਕਰਵਾਇਆ ਪਹਿਲਾਂ ਉਹਨਾਂ ਨੇ? ਕੁਛ ਨਹੀਂ ਕਰਾਇਆ, ਕੁਛ ਨਹੀਂ ਕਰਾਇਆ। ਸਾਡੀਆਂ ਗਲੀਆਂ ਨਾਲੀਆਂ ਸਭ ਕੁਝ ਦੇਖ ਲਓ, ਕਿਸੇ ਦੀ ਕਾਰਡ ਨਹੀਂ ਬਣਿਆ, ਕਿਸੇ ਨੂੰ ਪੈਨਸ਼ਨ ਨਹੀਂ ਹੋਈ, ਵਿਧਵਾ ਇੱਥੇ ਬਹੁਤ ਜਾਣੀਆਂ ਨੇ, ਕਿਸੇ ਦੀ ਪੈਨਸ਼ਨ ਨਹੀਂ ਆਈ। ਉਹਨੇ ਕਿ ਇਹ ਇਹਦੇ ਇਲਜ਼ਾਮ ਲਾਤਾ ਕਿ ਮੈਂ 150 ਕਾਰਡ ਬਣਾਇਆ, ਮੈਂ ਇੰਨੀ ਪੈਨਸ਼ਨ ਲਾਈ, ਸਾਰਾ ਕੰਮ ਇਹ ਕਰਦਾ ਸੀ, ਅੱਗੋਂ ਜਾ ਕੇ ਉਹ ਕਰਾ ਕੇ ਅਤੇ ਆਪਦਾ ਨੰਬਰ ਬਣਾ ਲੈਂਦਾ ਸੀ। ਇਹਨਾਂ ਤੋਂ ਕੀ ਉਮੀਦ ਆ ਤੁਹਾਨੂੰ? ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦ ਆ ਕਿ ਅਸੀਂ ਦੱਸ ਨਹੀਂ ਸਕਦੇ ਕਿੰਨੀ ਕੁ ਸਾਨੂੰ ਉਮੀਦ ਹੈ, ਕਿਉਂਕਿ ਬਹੁਤ ਅਸੀਂ ਤਾਂ ਇਹ ਇੰਨੇ ਸੱਚੇ ਇਨਸਾਨ ਨੇ ਨਾ ਕਿ ਜੋ ਜਿੱਧਰ ਵੀ ਵਰਜੇ ਇਹਨੇ ਇਹ ਨਹੀਂ ਦੇਖਣਾ ਕਿ ਮੈਂ ਗਰੀਬ ਹੈ ਕਿ ਮਾੜਾ ਕਿ ਤਕੜਾ, ਇਹਨੇ ਹਰੇ ਹਰੇਕ ਦੇ ਸਾਥ ਜਾਣਾ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।